ਉਦੇ ਸਮਿਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਸਖਤ ਸੁਰੱਖਿਆ ਪੈ ਰਹੇ ਹੇਠ ਪਿੰਡ ਮੂਸਾ ਜਾਣ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਸੋ ਹਰ ਸਮਿਤ ਕੌਰ ਬਾਦਲ ਦੇ ਨਿਸ਼ਾਨੇ ਤੇ ਵੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਸੁਰੱਖਿਆ ਪੈ ਰਹੇ ਹੇਠ ਪਿੰਡ ਮੂਸਾ ਜਾਣ ਤੇ ਸਵਾਲ ਚੁੱਕੇ ਨੇ ਦੱਸ ਦੇ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਣ ਪਹੁੰਚੇ ਸਨ ਲੇਕਿਨ ਜਿਸ ਤਰ੍ਹਾਂ ਦੇ ਨਾਲ ਸਖਤ ਸੁਰੱਖਿਆ ਹੇਠ ਉਹ ਪਹੁੰਚੇ ਸਨ ਮੀਡੀਆ ਨਾਲ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਸ ਨੂੰ ਲੈ ਕੇ ਸਵਾਲ ਉਹਨਾਂ ਨੇ ਚੁੱਕੇ ਨੇ ਉਹਨਾਂ ਪੁੱਛਿਆ ਕਿ ਤੁਹਾਨੂੰ ਗੈਂਗਸਟਰਾਂ ਦਾ ਡਰ ਸੀ ਜਾਂ ਪਿੰਡ ਵਾਸੀਆਂ ਦਾ ਸੋ ਨਿਸ਼ਾਨਾ ਸਾਧਿਆ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਕਿਹਾ ਕਿ ਕਿਉਂ ਪੂਰੇ ਪਿੰਡ ਨੂੰ ਕਿਲੇ ਦੇ ਵਿੱਚ ਤਬਦੀਲ ਕੀਤਾ ਗਮਜ਼ਦਾ ਮਾਪਿਆਂ ਨੂੰ ਮਿਲਣ ਲਈ ਇੰਨੀ ਸੁਰੱਖਿਆ ਦਾ ਕਿਉਂ ਲਿਆ ਸਹਾਰਾ ਉਹਨਾਂ ਕਿਹਾ ਕਿ ਹੁਣ ਤੁਹਾਨੂੰ ਭੀੜ ਵਿੱਚ ਜਾਣ ਤੋਂ ਡਰ ਲੱਗਦਾ ਹੈ ਸੋ ਨਿਸ਼ਾਨਾ ਸਾਧਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਇਸ ਬਾਬਤ ਉਹਨਾਂ ਨੇ ਟਵੀਟ ਵੀ ਕੀਤਾ ਹੈ ਤੇ ਆਪਣੇ ਟਵੀਟ ਵਿੱਚ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕੀ ਤੁਹਾਨੂੰ ਗੈਂਗਸਟਰਾਂ ਦਾ ਡਰ ਸੀ ਜਾਂ ਪਿੰਡ ਵਾਸੀਆਂ ਦਾ ਜੋ ਤੁਸੀਂ ਸ਼ੁਭਦੀਪ ਸਿੰਘ ਸਿੱਧੂ ਦੇ ਘਰ ਨੂੰ ਕਿਲੇ ਵਿੱਚ ਤਬਦੀਲ ਕਰ ਦਿੱਤਾ ਪਹਿਲਾਂ ਤੁਸੀਂ ਭੀੜ ਵਿੱਚ ਜਾਣਾ ਪਸੰਦ ਕਰਦੇ ਸੀ ਕਿ ਹੁਣ ਉਸੇ ਭੀੜ ਤੋਂ ਤੁਹਾਨੂੰ ਡਰ ਲੱਗਦਾ ਹੈ ਵਾਹ ਕਿਆ ਸ਼ਾਨਦਾਰ ਅਦਾਕਾਰੀ ਹੈ ਪਹਿਲਾਂ ਸੁਰੱਖਿਆ ਵਾਪਸ ਲਓ ਫਿਰ ਭੰਡੀ ਪ੍ਰਚਾਰ ਕਰੋ ਕਾਤਲਾਂ ਨੂੰ ਇੱਕ ਮਾਂ ਦੇ ਬੇਗੁਨਾਹ ਪੁੱਤ ਦਾ ਕਤਲ ਕਰਨ ਦਿਓ ਤੇ ਫਿਰ ਗਮਜ਼ਦਾ ਮਾਪਿਆਂ ਦੇ ਦੁੱਖ ਦਾ ਮਜ਼ਾਕ ਉਡਾਉਣ ਲਈ ਸਖਤ ਸੁਰੱਖਿਆ ਪੈਰੇ ਹੇਠ ਦੁੱਖ ਵੰਡਾਉਣ ਜਾਓ।